ਸਿਆਣੇ ਸੱਚ ਆਖਦੇ ਹਨ ਕਿ ਸਿਆਸਤ ਸਮੇਂ-ਸਮੇਂ ਨਾਲ ਰੰਗ ਬਦਲਦੀ ਹੈ। ਬਿਲਕੁਲ ਉਸੇ ਤਰੀਕੇ ਨਾਲ ਅੱਜ ਲੋਕ ਸਭਾ ਸੀਟ ਹਲਕਾ ਲੁਧਿਆਣਾ ਤੋਂ ਪੀਡੀਏ ਦੇ ਉਮੀਦਵਾਰ ਮੈਂਬਰ ਪਾਰਲੀਮੈਂਟ ਦੀ ਚੋਣ ਲੜ ਰਹੇ ਸਿਮਰਨ ਸਿੰਘ ਬੈਂਸ ਨਾਲ ਹੋਇਆ। ਜਿਉਂ ਹੀ ਲੋਕਾਂ ਨੂੰ ਸੰਬੋਧਨ ਕਰਨ ਲਈ ਬੈਂਸ ਅੱਗੇ ਵੱਲ ਵਧਿਆ ਤਾਂ ਇੱਕ ਨੌਜਵਾਨ ਨੇ ਉਸ ਦੀ ਵੀਡੀਓ ਬਣਾਉਣੀ ਸ਼ੁਰੂ ਕਰ ਦਿੱਤੀ। ਬੈਂਸ ਤੇ ਉਸ ਦੇ ਸਾਥੀਆਂ ਨੇ ਉਸ ਨੌਜਵਾਨ ਨੂੰ ਵੀਡੀਓ ਬਣਾਉਣ ਤੋਂ ਮਨ੍ਹਾ ਕਰ ਦਿੱਤਾ। ਉਹਨਾਂ ਨੌਜਵਾਨਾਂ ਨੇ ਕਿਹਾ, ਤੂੰ ਤੇ ਲੋਕਾਂ ਦੀਆਂ ਰੋਜ਼ ਵੀਡੀਓ ਬਣਾ ਕੇ ਆਏ ਦਿਨ ਨੈੱਟ ਤੇ ਪਾਉਂਦਾ ਹੈ, ਤੁਸੀਂ ਤਾਂ ਲੈਂਡ ਮਾਫੀਆ ਹੋ, ਲੋਕਾਂ ਨਾਲ ਧੱਕੇਸ਼ਾਹੀਆਂ ਕਰਦੇ ਹੋ, ਸਾਨੂੰ ਤੁਸੀਂ ਸਾਡੇ ਰਿਸ਼ਤੇਦਾਰਾਂ ਦੀ ਜ਼ਮੀਨ ਦੱਬੀ ਹੈ, ਸਾਨੂੰ ਪਬਲਿਕ ਵਿੱਚ ਇਸ ਦਾ ਜਵਾਬ ਚਾਹੀਦਾ ਹੈ। ਇਹ ਸੁਣ ਕੇ ਸਿਮਰਨ ਸਿੰਘ ਬੈਂਸ ਹੱਕਾ ਬੱਕਾ ਰਹਿ ਗਿਆ ਤੇ ਉਹ ਇਹਨਾਂ ਨੌਜਵਾਨਾਂ ਤੋਂ ਕੰਨੀ ਕਤਰਾਉਂਦੇ ਹੋਏ ਜਿਉਂ ਹੀ ਸਟੇਜ ਵੱਲ ਵਧੇ ਤਾਂ ਅੱਗੋਂ ਸਿਮਰਨਜੀਤ ਸਿੰਘ ਬੈਂਸ ਮੁਰਦਾਬਾਦ ਦੇ ਨਾਅਰੇ ਨੌਜਵਾਨ ਹੱਥ ਵਿੱਚ ਕਾਲੀਆਂ ਝੰਡੀਆਂ ਫੜ ਕੇ ਲਾ ਰਹੇ ਸਨ। ਵੀਡੀਓ ਬਣਾਉਣੀ ਅਸੀਂ, ਸਾਡਾ ਕੋਈ ਨਾ ਬਣਾ ਲੈਣੇ ਕਰਦੇ ਹੋ ਨਜਾਇਜ਼ ਲੁਧਿਆਣੇ ਚ, ਇਹਨਾਂ ਦੀ ਸਾਡੇ ਰਿਸ਼ਤੇਦਾਰਾਂ ਦੀ ਜ਼ਮੀਨ ਆ, ਬਹਿ ਕੇ ਗੱਲ ਕਰਦੇ ਨਾ, ਬਹਿ ਕੇ ਉੱਥੇ ਕਰਾਂਗੇ ਅਸੀਂ, ਆਇਓ ਮੈਕ ਤੇ ਕਰਨਗੇ ਵੀਡੀਓ ਬਣਾ ਸਕਦੇ ਆ, ਗੁੰਡਾਗਰਦੀ ਕਰੋਗੇ ਹੁਣ ਇਸ ਮੌਕੇ ਸੀਨੀਅਰ ਪੱਤਰਕਾਰ ਅਵਤਾਰ ਆਨੰਦਪੁਰੀ ਨੇ ਜਦੋਂ ਕਾਂਗਰਸ ਦੇ ਵਿਰੋਧੀ ਉਮੀਦਵਾਰ ਰਵਨੀਤ ਸਿੰਘ ਬਿੱਟੂ ਤੋਂ ਜਾਣਕਾਰੀ ਲੈਣੀ ਚਾਹੀ ਤਾਂ ਉਹਨਾਂ ਕਿਹਾ ਕਿ ਇਹ ਲੋਕ ਲੈਂਡ ਮਾਫੀਆ ਹਨ, ਗੁੰਡਾਗਰਦੀ ਧੱਕੇਸ਼ਾਹੀ ਕਰਨਾ ਇਹਨਾਂ ਦਾ ਕੰਮ ਹੈ, ਇਹਨਾਂ ਤੇ ਅਨੇਕਾਂ ਪਰਚੇ ਦਰਜ ਹਨ, 302 ਵਰਗੇ ਵੀ ਮੁਕੱਦਮੇ ਇਹਨਾਂ ਤੇ ਦਰਜ ਹਨ, ਇਹ ਇਮਾਨਦਾਰ ਹੋਣ ਦਾ ਲੋਕਾਂ ਸਾਹਮਣੇ ਡਰਾਮਾ ਕਰਦੇ ਹਨ। ਸੱਚ ਸੱਚ ਹੀ ਹੁੰਦਾ ਹੈ, ਕੁਝ ਹੀ ਦਿਨਾਂ ਦੇ ਵਿੱਚ ਇਹਨਾਂ ਦੀ ਅਸਲੀ ਪਿਕਚਰ ਲੋਕਾਂ ਦੇ ਸਾਹਮਣੇ, ਇਹਨਾਂ ਦੀ ਬੁਰਾਈ ਦੀ ਅਸਲੀ ਪਿਕਚਰ ਲੋਕਾਂ ਦੇ ਸਾਹਮਣੇ ਆ ਜਾਵੇਗੀ। ਚਲੋ ਸਾਨੂੰ ਕੋਈ ਕੁਐਸਚਨ ਕਰ ਸਕਦਾ ਹੈ, ਪਰ ਇਹ ਕੁਐਸਚਨ ਕਰਨਾ ਬਿੱਟੂ ਵੀ ਸਾਡੀਆਂ ਜੇ ਜ਼ਮੀਨਾਂ ਦੱਬੀਆਂ ਕਬਜ਼ਾ ਕਰਨਾ, ਫਿਰ ਸਾਡਾ ਸਿਆਸਤ ਬੰਦੇ ਦਾ ਕਾਹਦਾ ਸਿਆਸਤ 'ਚ ਰਹਿਣਾ ਹੈ? ਅਤੇ ਅੱਜ ਜਿਹੜੇ ਦੂਜੇ 'ਤੇ ਕੈਮਰੇ ਔਨ ਕਰਦੇ ਸੀ, ਵੀਡੀਓ ਔਨ ਕਰਦੇ ਸੀ, ਅੱਜ ਜਦੋਂ ਉਹਨੇ ਵੀਡੀਓ ਔਨ ਕਰਕੇ ਪੁੱਛਿਆ ਵੀ ਜਿਹੜੀ ਜ਼ਮੀਨ ਮੇਰੇ ਸਹੁਰਾ ਸਾਹਿਬ ਦੀ ਦੱਬੀ ਆ ਤੁਸੀਂ, ਫਿਰ ਜਵਾਬ ਨਹੀਂ ਆਇਆ, ਫਿਰ ਉਹ ਕੈਮਰੇ ਮੂਹਰੇ ਭੱਜ ਕੇ ਕਮਰੇ 'ਚ ਵੀ ਆ ਜਾਓ ਅੰਦਰ ਗੱਲ ਕਰਦੇ ਹਾਂ, ਉਹਨੇ ਕਿਹਾ ਵੰਗਾਰਿਆ ਵੀ ਨਹੀਂ ਗੱਲ ਜਿਹੜੀ ਬਾਹਰ ਹੋਏਗੀ, ਅਤੇ ਬੈਂਸ ਸਾਹਿਬ ਅੱਜ ਭੱਜ ਗਏ ਅਤੇ ਸਾਬਤ ਹੋ ਗਿਆ ਵੀ ਬੈਂਸ ਸਾਹਿਬ ਸਿਰਫ ਕਬਜ਼ਾ ਮਾਸਟਰ ਨੇ ਅਤੇ ਇੱਕ ਬਹੁਤ ਵੱਡਾ ਲੈਂਡ ਮਾਫੀਆ ਜਿਹੜਾ ਉਹਦਾ ਕੰਮ ਜਿਹੜਾ ਹੈ ਉਹ ਸਿਮਰ ਬੈਂਸ ਕਰਦੇ। ਜਿੱਤਣ ਤੋਂ ਬਾਅਦ ਕੀ ਜਾਂਚ ਕਰਾਓਗੇ ਚੀਜ਼ਾਂ ਦੀ, ਜਿਹੜੀ ਕਿੱਥੇ ਕਬਜ਼ੇ ਕਿੱਥੇ ਕਿੱਦਾਂ ਪ੍ਰੋਪਰਟੀ ਆ? ਇਹ ਤਾਂ ਬਹੁਤ ਜ਼ਰੂਰੀ ਹੈ, ਇਹ ਤਾਂ ਮੈਂ ਤਾਂ ਅੱਗੇ ਮੈਨੂੰ ਤਾਂ ਭੁਲੇਖਾ ਸੀਗਾ, ਇਹ ਹੁਣ ਸਾਰਾ ਕੁਝ ਸਾਹਮਣੇ ਆ ਰਿਹਾ, 3 ਕਿੱਲੇ ਉੱਥੇ ਦੱਬੀ ਹੋਈ ਆ ਜਿਹੜੀ ਫੈਕਟਰੀ ਦੇ ਨਾਲ ਆ, ਅਤੇ ਅੱਜ ਆਹ ਇੱਕ ਸਾਹਮਣੇ ਆ ਗਈ, ਤਾਂ ਟੋਟਲ ਲੈਂਡ ਮਾਫੀਆ ਇਹ, ਲੈਂਡ ਸ਼ਾਕ ਆ ਜਿਹੜੀ ਟੋਟਲ ਕਬਜ਼ਿਆਂ ਦੇ ਵਿੱਚ ਆ। ਮੈਂ ਪਿੱਛੇ ਪਿੰਡ 'ਚ ਗਿਆ ਇੱਕ, ਉਹ ਕਹਿੰਦੇ ਸਾਡੇ ਮਾਤਾ ਦੀ ਜਗ੍ਹਾ ਹੈ, ਉਹ ਸਾਡੀ ਦੱਬੀ ਹੋਈ ਹੈ, ਇਹ ਤਾਂ ਬਹੁਤ ਕੁਝ ਨਿਕਲੇਗਾ, ਹੁਣ ਲੋਕਾਂ ਦਾ ਹੌਂਸਲਾ ਖੁੱਲਿਆ ਹੈ। ਇੱਕ ਵੱਡੇ ਬੈਂਸ ਸਾਹਿਬ ਨੇ ਇੱਕ ਕੰਪਲੇਂਟ ਦਿੱਤੀ ਹੈ ਜੀ, ਕਹਿੰਦੇ ਜੀ ਸਾਨੂੰ ਮੈਨੂੰ ਮਾਰਨ ਦੀ ਧਮਕੀ ਦਿੱਤੀ ਗਈ ਹੈ ਇਸ ਸਮੇਂ ਜੀ ਬੈਂਸ ਨੂੰ, ਅਤੇ ਉਹਨਾਂ ਨੇ ਕਿਹਾ ਜੀ ਕਾਂਗਰਸ ਜ਼ਿੰਮੇਦਾਰ ਹੋਏਗੀ ਜੇ ਮੇਰੇ ਪਰਿਵਾਰ ਦਾ ਕੁਛ ਹੁੰਦਾ ਤਾਂ। ਓਹੋ, ਇਹੋ ਜਿਹੀ ਗੱਲ ਵੀ ਹੋ ਗਈ? ਮਤਲਬ ਕਿ ਉਹਨਾਂ ਨੇ ਦਿਖਾਈ ਹੈ ਜੀ ਇੱਕ ਪੱਤਰਕਾਰ ਰਾਹੀਂ ਮੈਸੇਂਜਰ ਦੇ ਮੈਸੇਜ ਆਇਆ ਕਿ ਅਸੀਂ 2-3 ਦਿਨ 'ਚ ਬੈਂਸ ਨੂੰ ਮਾਰ ਦਿਆਂਗੇ। ਦੇਖੋ ਇਹ ਵੀ ਹਾਸੋਹੀਨ ਗੱਲ ਆ, ਜਦ ਦੇਖਿਆ ਹੁਣ ਵੀ ਕਿਸ ਪਾਸੇ ਕੁਛ ਰਿਹਾ ਨਹੀਂ, ਅਤੇ ਹੁਣ ਆਹ ਇੱਕ ਨਵਾਂ ਡਰਾਮਾ ਜਿਹੜਾ ਇਹ ਕਰਨ ਦੀ ਕੋਸ਼ਿਸ਼ ਕੀਤੀ ਆ,
ਜਿਹੜੇ ਆਪ ਸਭ ਤੋਂ ਵੱਡੇ ਲੈਂਡ ਮਾਫੀਆ ਹੋਣ, ਜਿਹੜੇ ਆਪ ਜਿਨ੍ਹਾਂ 'ਤੇ 60 ਕੇਸ ਹੋਣ, 302 ਦਾ ਮੁਕੱਦਮਾ ਉਹਨਾਂ 'ਤੇ ਚੱਲਦਾ ਹੋਵੇ, ਉਹ ਵੀ ਇੱਕ ਸਰਵਾਰੀ ਮੁਲਾਜ਼ਮ ਨੂੰ ਕੁੱਟਣ ਦਾ, ਅਤੇ ਉਹਨਾਂ ਵੱਲ ਕੋਈ ਝਾਕ ਸਕਦਾ? ਉਹ ਇਹ ਇਸ ਕਰਕੇ ਬੜੀ ਹਾਸੋਹੀਣ ਗੱਲ ਆ, ਚਾਬੀ ਸਟੰਟ ਤੋਂ ਇਲਾਵਾ ਇੱਕ ਹਾਸੋਹੀਣ ਗੱਲ ਆ। ਉੱਧਰ ਸਿਮਰਨ ਸਿੰਘ ਬੈਂਸ ਦੇ ਭਰਾ ਬਲਵਿੰਦਰ ਬੈਂਸ ਨੇ ਮੰਨਿਆ ਕਿ ਸਾਡਾ ਮੁਕਾਬਲਾ ਕੇਵਲ ਤੇ ਕੇਵਲ ਕਾਂਗਰਸ ਨਾਲ ਹੈ, ਤੇ ਸਾਨੂੰ ਜੇ ਕੁਝ ਵੀ ਹੋਇਆ, ਸਾਨੂੰ ਕੁਝ ਵੀ ਨੁਕਸਾਨ ਪਹੁੰਚਿਆ ਤਾਂ ਉਸ ਦੀ ਜ਼ਿੰਮੇਦਾਰ ਸਰਕਾਰ ਹੋਵੇਗੀ। ਅਸਲ 'ਚ ਕਾਂਗਰਸ ਹਾਰਦੀ ਹੈ ਤੇ ਇੱਕ ਕੈਂਡੀਡੇਟ ਦਾ ਨਹੀਂ, ਸਾਰੀ ਸਰਕਾਰ ਲੱਗੀ ਹੋਈ ਹੈ ਵੀ ਕਿਸੇ ਨਾ ਕਿਸੇ ਢੰਗ ਨਾਲ ਬੈਂਸ ਨੂੰ ਰਸਤੇ ਦਾ ਰੋੜਾ ਸਮਝਦੇ ਤੇ ਕਹਿੰਦੇ ਪਾਸੇ ਕਰ ਦਿਓ। ਤੇ ਮੈਂ ਆਹ ਕਹਿਣਾ ਚਾਹੁੰਦਾ ਨਹੀਂ, ਪਰ ਅਸਲ 'ਚ ਕੀ ਹੈ, ਬੈਂਸ ਸਾਹਿਬ ਅਕਾਲੀ ਦਲ ਦੀ ਅਕਾਲੀ ਦਲ ਲੜਾਈ 'ਚ ਨਹੀਂ ਹੈਗਾ, ਅਕਾਲੀ ਦਲ ਲੜਾਈ ਵਿੱਚ ਨਹੀਂ ਹੈਗਾ, ਅਤੇ ਸਿਰਫ ਅਤੇ ਸਿਰਫ ਸਰਕਾਰ ਹੱਥ ਕੰਡੇ ਅਪਣਾ ਰਹੀ ਹੈ। ਸਰਕਾਰ ਆਪਣੇ ਹੱਥ ਕੰਡੇ ਵਰਤ ਕੇ ਧਮਕੀਆਂ ਦੇ ਕੇ ਹੁਣ ਤਾਂ ਇੱਥੋਂ ਤੱਕ ਆ ਗਈ ਕਿ ਮਾਰ ਦਿਆਂਗੇ ਦੋ ਦਿਨਾਂ 'ਚ, ਇਹਨਾਂ ਰਾਈਟਿੰਗ ਹੈ ਜਿਹੜਾ ਲੁਕਾਇਆ ਨਹੀਂ ਜਾ ਸਕਦਾ, ਮਸੰਜਰ 'ਤੇ ਰਿਕਾਰਡਿੰਗ ਆ ਜਿਹੜੀ ਲੁਕਾਈ ਨਹੀਂ ਜਾ ਸਕਦੀ, ਆਹ ਜਿਹੜੀਆਂ ਧਮਕੀਆਂ ਨੇ। ਪਰ ਮੈਂ ਇੱਕ ਗੱਲ ਕਹਿਣਾ ਚਾਹੁੰਦਾ ਸਰਕਾਰ ਵਾਲਿਆਂ ਨੂੰ ਕਿ ਬੈਂਸ ਭਰਾ ਧਮਕੀਆਂ ਤੋਂ ਡਰਨ ਵਾਲੇ ਨਹੀਂ, ਪਰ ਜੇ ਕਿਸੇ ਦੇ ਖਰੋਚ ਲੱਗੀ ਤਾਂ ਮੁੱਖ ਮੰਤਰੀ ਸਾਹਿਬ ਨੂੰ ਕਹਿਣਾ ਚਾਹੁੰਦਾ ਕਿ ਤੁਸੀਂ ਤੇ ਤੁਹਾਡੀ ਸਰਕਾਰ ਸਿੱਧੇ ਸਿੱਧੇ ਤੌਰ ਤੇ ਜ਼ਿੰਮੇਵਾਰ ਹੋ। ਲੁਧਿਆਣਾ ਤੋਂ ਅਵਤਾਰ ਆਨੰਦਪੁਰੀ ਦੀ ਵਿਸ਼ੇਸ਼ ਰਿਪੋਰਟ।